ਦੇਖ ਸਕਦੇ ਹੋ ਰੂਪਨਗਰ SSP ਦਫ਼ਤਰ ਦੇ ਸਾਹਮਣੇ ਜਿਹੜਾ ਹੈਗਾ ਪੁਲਿਸ ਦੇ ਵੱਲੋਂ ਘੇਰਾਬੰਦੀ ਕੀਤੀ ਗਈ ਹੈ। SSP ਦਫ਼ਤਰ ਦੇ ਅੱਗੇ ਜਿਹੜਾ ਕਿਸੇ ਨੂੰ ਵੀ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ, ਸਿਰਫ ਅਧਿਕਾਰੀਆਂ ਦੇ ਵਕੀਲਾਂ ਨੂੰ ਜਿਹੜਾ ਹੈਗਾ ਅੰਦਰ ਜਾਣ ਦੀ ਆਗਿਆ ਦਿੱਤੀ ਜਾ ਰਹੀ ਆ। ਸੋ ਅਲਕਾ ਲਾਂਗਬਾ ਅਤੇ ਕੁਮਾਰ ਵਿਸ਼ਵਾਸ ਦੀ ਅੱਜ ਜਿਹੜੀ ਹੈਗੀ ਹੈ ਪੇਛੀ ਆ ਰੋਪੜ ਪੁਲਿਸ ਦੀ ਸਿੱਟ ਅੱਗੇ, ਉਸ ਨੂੰ ਲੈ ਕੇ ਕਾਂਗਰਸੀ ਅੱਜ ਜਿਹੜਾ ਹੈਗਾ ਧਰਨਾ ਦੇਣ ਦੇ ਲਈ ਇੱਥੇ ਇਕੱਠੇ ਹੋ ਰਹੇ ਨੇ SSP ਦਫ਼ਤਰ ਦੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ। ਸੋ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਰੋਪੜ SSP ਦਫ਼ਤਰ ਦੇ ਸਾਹਮਣੇ ਤੋਂ। ਸੋ ਮਹਿਲਾਵਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਮਹਿਲਾਵਾਂ ਜਿਹੜੀਆਂ ਇੱਥੇ ਸ਼ਾਮਿਲ ਹੋ ਰਹੀਆਂ ਨੇ। ਸੋ ਦੇਖ ਸਕਦੇ ਹੋ ਲਾਈਵ ਤਸਵੀਰਾਂ SSP ਦਫ਼ਤਰ ਦੇ ਅੱਗੇ ਤੋਂ ਮਹਿਲਾਵਾਂ ਦੇ ਵੱਲੋਂ ਜਿਹੜੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ ਆ। ਅਲਕਾ ਲਾਂਬਾ ਦੇ ਹੱਕ ਦੇ ਵਿੱਚ ਜਿਹੜੀਆਂ ਹੈਗੀਆਂ ਪਹੁੰਚੀਆਂ ਕਾਂਗਰਸੀ ਮਹਿਲਾਵਾਂ ਜਿਹੜੀਆਂ ਹੈਗੀਆਂ ਲਗਾਤਾਰ ਨਾਅਰੇਬਾਜ਼ੀ ਕਰ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼, ਪੰਜਾਬ ਸਰਕਾਰ ਦੇ ਖਿਲਾਫ਼ ਜਿਹੜੀ ਹੈਗੀ ਆ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਸੋ ਵੱਡੇ ਲੀਡਰ ਵੀ ਕੁਝ ਦੇਰ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ। ਕਾਂਗਰਸ ਦੇ ਜਿਹੜੇ ਪੰਜਾਬ ਪ੍ਰਧਾਨ ਰਾਜਾ ਵੜਿੰਗ, ਯੂਥ ਕਾਂਗਰਸ ਪੰਜਾਬ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਅਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈਗੇ ਵੱਡੇ ਲੀਡਰ ਵੀ ਥੋੜ੍ਹੀ ਦੇਰ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ। ਸੋ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਰੋਪੜ ਤੋਂ ਤੁਹਾਨੂੰ, ਅਲਕਾ ਲਾਂਬਾ ਦੇ ਖਿਲਾਫ਼ ਰੋਪੜ ਪੁਲਿਸ ਦੇ ਵੱਲੋਂ 12 ਅਪ੍ਰੈਲ ਨੂੰ ਜਿਹੜਾ ਹੈਗਾ ਇੱਕ FIR ਦਰਜ ਕੀਤੀ ਗਈ ਸੀ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਦੇ ਖਿਲਾਫ਼। ਅਲਕਾ ਲਾਂਬਾ ਦੇ ਜਦੋਂ ਵੱਲੋਂ ਇੱਕ ਜਿਹੜੀ ਹੈਗੀ ਆ ਕੁਮਾਰ ਵਿਸ਼ਵਾਸ ਦੀ ਜਿਹੜੀ ਹੈਗੀ ਪੋਸਟ ਸਾਂਝੀ ਕੀਤੀ ਗਈ ਸੀ। ਸੋ ਦੇਖ ਸਕਦੇ ਹੋ ਰੂਪਨਗਰ SSP DC ਦਫ਼ਤਰ ਦੇ ਸਾਹਮਣੇ ਦੀਆਂ ਤਸਵੀਰਾਂ, ਅੱਜ ਅਲਕਾ ਲਾਂਬਾ ਅਤੇ ਕੁਮਾਰ ਵਿਸ਼ਵਾਸ ਜੀ ਜਿਹੜੀ ਹੈਗੀ ਪੇਸ਼ੀ ਆ, ਉਸਨੂੰ ਲੈ ਕੇ ਕਾਂਗਰਸੀ ਲੀਡਰਾਂ ਦੇ ਵੱਲੋਂ ਜਿਹੜਾ ਹੈਗਾ ਇੱਥੇ ਧਰਨਾ ਦਿੱਤਾ ਜਾਣਾ, ਤਾਂ ਉਸਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਾਂਗਰਸੀ ਲੀਡਰ ਜਿਹੜੇ ਹੈਗੇ ਇਕੱਠੇ ਹੋਏ ਨੇ, ਤੋ ਕਾਂਗਰਸੀ ਵਰਕਰ ਇਕੱਠੇ ਹੋਏ ਨੇ। ਕੁਛ ਹੀ ਦੇਰ ਦੇ ਵਿੱਚ ਜਿਹੜੀ ਹੈਗੀ ਆ ਇੱਥੇ ਵੱਡੇ ਲੀਡਰ ਵੀ ਪਹੁੰਚ ਰਹੇ ਨੇ। ਸੋ ਦੇਖ ਸਕਦੇ ਹੋ ਲਾਈਵ ਤਸਵੀਰਾਂ, ਥਾਣਾ ਸਦਰ ਦੇ ਅੱਗੇ ਵੀ ਪੁਲਿਸ ਵੱਲੋਂ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਸ ਨੂੰ ਲੈ ਕੇ, ਅਤੇ ਹੁਣ SSP ਦਫ਼ਤਰ ਦੇ ਅੱਗੇ ਜਿਹੜੇ ਹੈਗੇ ਕਾਂਗਰਸੀ ਇਕੱਠੇ ਹੋਏ ਨੇ ਵੱਡੀ ਗਿਣਤੀ ਦੇ ਵਿੱਚ। ਤਾਂ ਥੋੜ੍ਹੀ ਦੇਰ ਦੇ ਵਿੱਚ ਕਾਂਗਰਸ ਦੇ ਯੂਥ ਕਾਂਗਰਸ ਪ੍ਰਧਾਨ ਵਰਿੰਦਰ ਢਿੱਲੋਂ, ਰਾਜਾ ਵੜਿੰਗ ਕਾਂਗਰਸ ਦੇ ਪੰਜਾਬ ਪ੍ਰਧਾਨ ਅਤੇ ਪ੍ਰਤਾਪ ਬਾਜਵਾ ਜਿਹੜੇ ਹੈਗੇ ਆ ਥੋੜ੍ਹੀ ਦੇਰ ਦੇ ਵਿੱਚ ਇੱਥੇ ਪਹੁੰਚਣ ਵਾਲੇ ਨੇ। ਸੋ ਪ੍ਰਦਰਸ਼ਨ ਜਿਹੜਾ ਹੈਗਾ ਕੀਤਾ ਜਾਵੇਗਾ ਇੱਥੇ ਵੱਡੀ ਗਿਣਤੀ ਦੇ ਵਿੱਚ, ਕਾਂਗਰਸੀ ਇਕੱਠੇ ਹੋਏ ਨੇ, ਪੁਲਿਸ ਵੱਲੋਂ ਵੀ ਜਿਹੜੇ ਹੈਗੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਇੱਥੇ।
बाहर की देख सकते हैं यानी ਚੱਕ ਖੁੱਲਣਾ ਹੁਣ ਟੱਕਾ ਪੈਣਾ
ਚੱਲ 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 ਉੱਤਰ। ਝੰਡੇ ਥੱਲੇ ਕਰ ਲੋ, ਝੰਡੇ ਥੱਲੇ ਕਰ ਲੋ, ਝੰਡੇ ਸਾਡੇ ਜੂਥ ਜਿਹੜਾ ਉਹਨਾਂ ਦੇ ਨਾਲ ਹੈ, ਸਾਡੇ ਸੀਨੀਅਰ ਲੀਡਰਸ਼ਿਪ ਜਿਹੜੀ ਉਹਨਾਂ ਦੇ ਨਾਲ ਹੈ, ਸਾਡੇ ਬੜੇ ਪ੍ਰੇਮ ਲੀਡਰ ਨੇ, ਸਾਡੇ ਜਜਮਾਨ ਦਾ ਹੈ।